लोई पहला आएगा शाही पनीर, शाही पनीर शाही लोगों की क्या बात है। पिंडा चो आती शहर चो आती दुनिया जी। फिर आके कहते हैं भाजी वाके मजा आ गया। नौ तो लग के रात के दस बजे तक जी। हाँ नॉन स्टॉप गड्डी चलती साड़ी। क्या बात है। हाँ जी ये तो बड़े ब्रदर का नाम है जी, वो उन्होंने शुरू किया सी काम है तो फिर अगे मैं बता रहा हूँ। सत श्री अकाल, तुसी देख रहे हो सिटी हेडलाइन, तो मैं हनी हमले। अक्सर ही असं देखते हैं खाण पीन के लोग के बहुत ज़्यादा शौकीन होंगे, पर अज साढ़े नाल लखा भाजी जी मौजूद ने। इन्हों की जो गल करिए इन्हों की फेमस है लखा दिनो लखा थाली, तो गल कर लें। सबसे पहला लखा नाम कि किमें मन के आया कि लखा इदा करके नाम पाना है अपने? ये तो बड़े ब्रदर का नाम है जी, वो उन्होंने शुरू किया काम है ਤੇ ਫਿਰ ਅੱਗੇ ਮੈਂ ਵਧਾ ਰਿਹਾ ਹਾਂ। ਤੁਸੀਂ ਅੱਗੇ ਵਧਾ ਰਹੇ ਹੋ, ਕਿੰਨਾ ਚਿਰ ਹੋ ਗਿਆ? ਜੀ 15 ਸਾਲ ਹੋ ਗਏ ਜੀ ਸਾਨੂੰ। 15 ਸਾਲ ਹੋ ਗਏ, ਕੀ ਬਾਤ ਹੈ। ਭਾਜੀ ਗੱਲ ਤਾਂ ਬੜੀ ਸੁਣ ਲਈ ਹੈ ਜੇ ਲੱਖਾਂ ਦੀ 9 ਲੱਖਾਂ ਜਿਹੜੀ ਥਾਲੀ ਹੈ ਉਹ ਇੱਕ ਵਾਰੀ ਅਸੀਂ ਜ਼ਰੂਰ ਦੇਖਣਾ ਚਾਹਾਂਗੇ ਕੀ ਉਹਦੇ ਵਿੱਚ ਹੁੰਦਾ ਹੈ ਤੇ ਕਿੱਦਾਂ ਤਿਆਰ ਹੁੰਦੀ ਹੈ। ਠੀਕ ਹੈ, ਲੋਈ ਮੈਂ ਤੁਹਾਨੂੰ ਤਿਆਰ ਕਰਕੇ ਦਿਖਾ ਦਾਂ। ਲੋਈ ਪਹਿਲਾਂ ਆਏਗਾ ਸ਼ਾਹੀ ਪਨੀਰ, ਸ਼ਾਹੀ ਪਨੀਰ ਸ਼ਾਹੀ ਲੋਕਾਂ ਦੀ। ਕੀ ਬਾਤ ਹੈ, ਸ਼ਾਹੀ ਲੋਕਾਂ ਲਈ ਜੀ ਸ਼ਾਹੀ ਪਨੀਰ ਤੁਸੀਂ ਦੇਖ ਸਕਦੇ ਹੋ। ਤੇ ਬਾਉਲ ਦਾ ਸਾਈਜ਼ ਵੀ ਇੱਕ ਵਾਰੀ ਦੇਖ ਲਿਓ ਕਿੰਨਾ ਕੁ ਵੱਡਾ ਹੈ, ਤੁਸੀਂ ਰੱਜ ਕੇ ਖਾ ਸਕਦੇ ਹੋ। ਕਿੰਨਾ ਟਾਈਮ ਲੱਗਦਾ ਇਹ ਚੀਜ਼ਾਂ ਤਿਆਰ ਕਰਨ ਨੂੰ? ਇਹ ਜੀ ਸਵੇਰੇ 6 ਵਜੇ ਤੋਂ ਅਸੀਂ ਸ਼ੁਰੂ ਕਰ ਦਿੰਦੇ ਜੀ ਬਣਾਉਣਾ ਜੀ, ਤੇ 9 ਵਜੇ ਤੱਕ ਤਿਆਰ ਕਰ ਦਿਓ। 9 ਵਜੇ ਸਾਡੇ ਕੋਲ ਜਦੋਂ ਮਰਜ਼ੀ ਆ ਜਾਓ, 9 ਤੋਂ ਲੱਗ ਕੇ ਰਾਤ ਦੇ 10 ਵਜੇ ਤੱਕ ਜੀ। ਹਾਂ ਨੋਨ ਸਟਾਪ ਗੱਡੀ ਚੱਲਦੀ ਸਾਡੀ। ਕੀ ਬਾਤ ਹੈ, ਮਤਲਬ ਜਿਹੜੀ ਆਈਟਮਸ ਰਹਿੰਦੀਆਂ ਨੇ ਰੋਜ਼ ਚੇਂਜ ਹੁੰਦੀਆਂ ਕਿ ਇੱਕੋ ਹੀ ਰਹਿੰਦੀਆਂ ਨੇ? ਨਹੀਂ ਬਦਲਦੀ ਰਹਿੰਦੀਆਂ, ਮਤਲਬ ਬਦਲਦੀ ਰਹਿੰਦੀਆਂ। ਹਾਂ ਇਹ ਮਤਲਬ 6-7 ਸਬਜ਼ੀਆਂ ਸਾਡੀਆਂ ਰਹਿਣੀਆਂ ਹੈ। ਤੇ ਭਾਜੀ ਹੁਣ ਕੀ ਪਾ ਰਹੇ ਹੋ? ਲੋ ਇਹ ਦਾਲ ਮੱਖਣੀ ਸਾਡੀ ਕੋਲ ਜੀ, ਆ ਦੇਖ ਸਕਦੇ ਹੋ ਦਾਲ ਮੱਖਣੀ। ਦੇਖ ਦੇ ਵਿੱਚ ਜਿਹੜੇ ਸਪੈਸ਼ਲ ਤੁਹਾਨੂੰ ਦਾਲ ਮੱਖਣੀ ਦਾ ਸਵਾਦ ਖਾਣ ਨੂੰ ਮਿਲਣ ਵਾਲਾ ਹੈ। ਹਾਂ ਪਲਾਉ ਬਣਾਈ ਦੇ ਜੀ, ਇੱਥੇ ਗਾਜਰ ਹੁੰਦੀ, ਮਟਰ ਹੁੰਦੇ, ਸੋਇਆਬੀਨ ਪਾਈ ਦੀ ਹੈ ਜੀ। ਵਧੀਆ, ਕੀ ਬਾਤ ਹੈ। ਤੁਸੀਂ ਦੇਖ ਸਕਦੇ ਹੋ ਲੱਖਾਂ ਦੀ 9 ਲੱਖਾਂ ਥਾਲੀ ਜਿਹੜੀ ਆ ਬਣ ਕੇ ਤਿਆਰ ਹੋ ਚੁੱਕੀ ਹੈ। ਜੇ ਗੱਲ ਕੀਤੀ ਜਾਵੇ ਸ਼ਾਹੀ ਪਨੀਰ ਦੀ ਤਾਂ ਦੇਖ ਸਕਦੇ ਹੋ ਇੱਕ ਤਾਂ ਪਨੀਰ ਉੱਪਰੋਂ ਜਿਹੜਾ ਦੇਸੀ ਘਿਓ ਪਾਇਆ, ਜਿਹੜਾ ਇਹਨਾਂ ਦਾ ਫੇਮਸ ਹੈ ਬੈਂਗਣ ਦਾ ਭਰਤਾ, ਦੇਖ ਕੇ ਤੁਹਾਡੇ ਮੂੰਹ ਦੇ ਵਿੱਚ ਜ਼ਰੂਰ ਪਾਣੀ ਆਇਆ ਹੋਊਗਾ। ਨਾਲ ਦੀ ਨਾਲ ਜਿਹੜਾ ਹੈ ਕੜੀ ਪਕੌੜਾ, ਦਾਲ ਮੱਖਣੀ, ਅਤੇ ਨਾਲ ਜੇ ਤੁਸੀਂ ਦੇਖ ਸਕਦੇ ਹੋ ਆਹ ਹੈਗੇ ਗਰਮ ਗਰਮ ਰਾਈਸ ਯਾਨੀ ਕਿ ਪਲਾਓ, ਅਤੇ ਇਸ ਦੇ ਨਾਲ ਹੀ ਜਿਹੜੇ ਤੁਸੀਂ ਦੇਖ ਸਕਦੇ ਹੋ ਨਾਲ ਹੈਗੇ ਆ ਲੱਛੇ ਪਰੌਠੇ। ਸਾਡੇ ਕੋਲ ਬੜੀ ਦੁਨੀਆ ਪਿੰਡਾਂ 'ਚੋਂ ਆਉਂਦੀ, ਸ਼ਹਿਰਾਂ 'ਚੋਂ ਆਉਂਦੀ ਦੁਨੀਆ ਜੀ, ਫਿਰ ਆ ਕੇ ਕਹਿੰਦੇ ਆ ਭਾਜੀ ਵਾ ਕੇ ਮਜ਼ਾ ਆ ਗਿਆ ਜੀ। ਬਿਲਕੁਲ, ਅਤੇ ਰੇਟ ਵੀ ਬਿਲਕੁਲ ਠੀਕ ਠਾਕ ਨੇ, ਕੋਈ ਜ਼ਿਆਦਾ ਨਹੀਂ ਹੈ ਜੀ। ਅਤੇ ਅਗਲੇ ਕਹਿੰਦੇ ਵੀ ਵਾ ਕੇ ਭਾਜੀ ਅਸੀਂ 5-6 ਬੰਦੇ ਵੀ ਇੰਨੇ 400-500 ਰੁਪਏ ਖਾ ਕੇ ਜਾਂਦੇ ਹਾਂ ਅਤੇ ਮਜ਼ਾ ਆ ਜਾਂਦਾ ਜੀ। ਹਾਂ ਇਹ ਗੱਲ ਹੈ। ਭਾਜੀ ਜੇ ਕਿਸੇ ਨੇ ਇੱਧਰ ਆਉਣਾ ਹੋ, ਵਿਜ਼ਿਟ ਕਰਨਾ ਹੋ ਜਾਂ ਤੁਹਾਡੀ ਥਾਲੀ ਦਾ ਜਿਹੜਾ ਟੇਸਟ ਚੱਖਣਾ ਹੋਵੇ ਤਾਂ ਇੱਕ ਵਾਰੀ ਆਪਣੀ ਲੋਕੇਸ਼ਨ ਦੱਸ ਦਿਓ ਜੀ। ਲੁਧਿਆਣਾ ਸੁੰਦਰ ਨਗਰ ਕਿੰਗ ਪੈਲਸ ਦੇ ਬਿਲਕੁਲ ਸਾਹਮਣੇ ਲੱਖਾਂ ਨਾਨ ਵਾਲਾ। ਸੋ ਜੇ ਤੁਸੀਂ ਵੀ ਇਹਨਾਂ ਦੀ ਥਾਲੀ ਉਹ ਖਾਧੀ ਹੋਈ ਹੈ ਤਾਂ ਇੱਕ ਵਾਰੀ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਲੱਖਾਂ ਦੀ 9 ਲੱਖਾਂ ਥਾਲੀ ਕਿੱਦਾਂ ਦਿਲ ਲੱਗੀ ਹੈ, ਇਹ ਵੀ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਅਤੇ ਹੋਰ ਇੱਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਅਤੇ ਦੇਖਦੇ ਰਹੋ ਸਿਟੀ ਹੈਡਲਾਈਨ। ਮੈਂ ਨੇਹਾ ਮਲਿਕ, ਕੈਮਰਾ ਪਰਸਨ ਵਿਸ਼ੂ ਨਾਲ।